ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੇਸ਼ ਤੇ ਸਾਬਕਾ ਮੰਤਰੀਆਂ ਦੀ ਸੂਚੀ ਸਰਕਾਰ ਨੂੰ ਦੇਣ ਤੇ ਬਿਆਨ ਤੇ ਛਿਆ ਹੋਇਆ ਸਿਆਸੀ ਕਮਸਾਨ ਸ਼ਮਸ਼ੇਰ ਦੁੱਲੋ ਦਾ ਕੈਪਟਨ ਤੇ ਤਿੱਖਾ ਵਾਰ ਸਾਹਮਣੇ ਆਇਆ ਕੈਪਟਨ ਆਪ ਵੀ ਦੁੱਧ ਦੇ ਧੋਤੇ ਨਹੀਂ ਯਾਨੀ ਕਿ ਆਪ ਵੀ ਦੁੱਧ ਦਾ ਧੋਤਿਆ ਨਹੀਂ ਹੈ ਕੈਪਟਨ ਇਹ ਵੀ ਦੁੱਲੋ ਕਹਿੰਦੇ ਹੋਏ ਨਜ਼ਰ ਆਏ ਨੇ ਕੈਪਟਨ ਨੂੰ ਆਪਣੇ ਪ੍ਰਸ਼ਟ ਮੰਤਰੀਆਂ ਤੇ ਐਕਸ਼ਨ ਲੈਣਾ ਚਾਹੀਦਾ ਸੀ ਉਸ ਵੇਲੇ ਜੇ ਕੈਪਟਨ ਕਾਰਵਾਈ ਕਰਦੇ ਤਾਂ ਲਿਸਟ ਦੇਣ ਦੀ ਲੋੜ ਹੀ ਨਾ ਪੈਂਦੀ ਸੋ ਕੈਪਟਨ ਦੀ ਸ਼ਹਿਰ ਤੇ ਸਾਰਾ ਕੁਝ ਚੱਲ ਰਿਹਾ ਸੀ ਇਹ ਵੀ ਦੁੱਲੋ ਨੇ ਕਿਹਾ ਕੈਪਟਨ ਦੀ ਸਰਪ੍ਰਸਤੀ ਦੇ ਵਿੱਚ ਹੀ ਮਾਫੀਆ ਰਾਜ ਵਧਿਆ ਪੰਜਾਬ ਦੇ ਜ਼ਿਆਦਾਤਰ ਐਮਐਲਏ ਦੇ ਮਾਫੀਆ ਦੇ ਨਾਲ ਲਿੰਕ ਨੇ ਵੀ ਉਹਨਾਂ ਨੇ ਵੱਡਾ ਬਿਆਨ ਦਿੱਤਾ ਕਿ ਪੰਜਾਬ ਦੇ ਜ਼ਿਆਦਾਤਰ ਐਮਐਲਏ ਦੇ ਮਾਫੀਆ ਦੇ ਨਾਲ ਲਿੰਕ ਨੇ ਉਸ ਵੇਲੇ ਦੀ ਸਰਕਾਰ ਦਾ ਜ਼ਿਕਰ ਸ਼ਮਸ਼ੇਰ ਦੁੱਲੋ ਕਰਦੇ ਹੋਏ ਨਜ਼ਰ ਆਏ ਨੇ ਔਰ ਇਹ ਵੀ ਕਿਹਾ ਕਿ ਦੁੱਧ ਦੇ ਤਲਾਬ ਵੀ ਕੈਪਟਨ ਨਹੀਂ ਹੈ ਸੋ ਉਸ ਵੇਲੇ ਹੀ ਕਾਰਵਾਈ ਕੀਤੀ ਹੁੰਦੀ ਕੈਪਟਨ ਸਾਹਿਬ ਜੀ ਇਹ ਤਾਂ ਸਾਰਾ ਕੁਝ ਕੈਪਟਨ ਸਾਹਿਬ ਦੀ ਛੱਤਰ ਛਾਇਆ ਜੀ ਉਹਨਾਂ ਦੇ ਜਿਹੜੇ ਮਿਨਿਸਟਰ ਐਮਐਲਏ ਕਰਪਸ਼ਨ ਕਰਦੇ ਤੇ ਮਾਫੀਆ ਜੱਟੀ ਹੈ ਜੀ ਚਾਰ ਗੈਰ 13 ਗੈਰ ਕਾਨੂੰਨੀ ਡਿਸਟਿਲਰੀਆਂ ਫੜੀਆਂ ਗਈਆਂ ਚਾਰ ਪਟਿਆਲੇ 'ਚ ਜਿੱਥੇ ਇਹਦੀ ਘਰ ਇਹਨਾਂ ਦਾ ਆਪਣਾ ਪਰਿਵਾਰ ਜਿਹੜਾ MP ਹੈ ਆਪ ਉੱਥੋਂ ਤੋਂ MLA ਹੈ ਜੀ ਗੈਰ ਕਾਨੂੰਨੀ ਡਿਸਟਿਲਰੀਆਂ ਚੱਲਦੀਆਂ ਤੀ ਉਹ ਬਿਨਾਂ ਕੈਪਟਨ ਦੀ ਛੱਤਰ ਛਾਇਆ ਤੋਂ ਤਾਂ ਨਹੀਂ ਚੱਲਦੀਆਂ ਤੀ ਪਹਿਲਾਂ ਤਾਂ ਕੈਪਟਨ ਆਪ ਹੀ ਜ਼ਿੰਮੇਵਾਰ ਹੈ ਇਹ ਸਾਰੀ ਕਰਨ ਇਹ ਸਾਰੇ ਮਾਫੀਏ ਦਾ ਇਹ ਉਹਨਾਂ ਨੂੰ ਪ੍ਰੋਟੈਕਟ ਕਰਦਾ ਰਿਹਾ ਉਹਦੀ ਇਹਦੀ ਸਰਪ੍ਰਸਤੀ ਥੱਲੇ ਪਿਛਲੇ 5 ਸਾਲਾਂ 'ਚ ਇਹ ਮਾਫੀਆ ਪਣ ਪਿਆ ਸਮਗਲਰ ਪਣ ਪਏ ਨੇ ਗੈਂਗਸਟਰ ਪਣ ਪਏ ਨੇ ਕਹਿੰਦੇ ਵੀ ਮੈਂ ਨਾਮ ਦੇਣਾ ਚੰਗੀ ਗੱਲ ਹੈ ਪਰ ਆਪ ਤਾਂ ਦੁੱਧ ਧੋਤਾ ਹੈ ਨਹੀਂ ਤੇ ਵੱਡਾ ਬਿਆਨ ਦੁੱਲੋ ਦੇ ਵੱਲੋਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਆਪ ਵੀ ਦੁੱਧ ਧੋਤਾ ਨਹੀਂ ਹੈ ਕੈਪਟਨ ਸੋ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਔਰ ਖਾਸ ਤੌਰ ਤੇ ਇੱਕ ਜ਼ਿਕਰ ਹੋਰ ਕੀਤਾ ਕਿ MLA ਜਿਹੜੇ ਨੇ ਉਹ ਮਾਫੀਆ ਦੇ ਨਾਲ ਮਿਲੇ ਹੋਏ ਨੇ ਔਰ ਉਸ ਵੇਲੇ ਜਿਹੜੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਸ ਵੇਲੇ ਖੁਦ ਵੀ ਰਲੇ ਮਿਲੇ ਸਨ ਇਸੇ ਕਰਕੇ ਕਾਰਵਾਈ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਹੀਂ ਕੀਤੀ ਗਈ ਯਾਨੀ ਕਿ ਜਿਸ ਤਰ੍ਹਾਂ ਦੀ ਜ਼ੁਬਾਨੀ ਜੰਗ ਹਮੇਸ਼ਾ ਤੋਂ ਵੇਖਣ ਨੂੰ ਮਿਲਦੀ ਸੀ ਕਾਂਗਰਸ ਦੇ ਵਿੱਚ ਤਾਂ ਫਿਰ ਤੋਂ ਇਸ ਮੁੱਦੇ ਨੂੰ ਲੈ ਕੇ ਬਿਆਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਕਿਉਂਕਿ ਜ਼ਿਕਰ ਹੁਣ ਇਹ ਹੋ ਰਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਭਗਵੰਤ ਮਾਨ ਦੇ ਨਾਲ ਮਿਲਣਗੇ CM ਦੇ ਨਾਲ ਮਿਲਣਗੇ ਤਾਂ ਉਸ ਵੇਲੇ ਸੂਚੀ ਜਿਹੜੀ ਹੈ ਪ੍ਰਿਸ਼ਟ ਮੰਤਰੀਆਂ ਦੀ ਉਸ ਵੇਲੇ ਦੀ ਜਾਰੀ ਕੀਤੀ ਜਾਏਗੀ ਸਾਫ ਤੌਰ ਤੇ ਦੱਸੀਏ ਕਿ ਵੱਡਾ ਬਿਆਨ ਦਿੱਤਾ ਗਿਆ ਪਾਲ ਚੀਮਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਭ੍ਰਿਸ਼ਟਾਚਾਰ ਦੇ ਸਬੂਤ ਸਰਕਾਰ ਨੂੰ ਸੌਂਪਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹ ਕਿਹਾ ਸੋ ਹੁਣ ਸ਼ਮਸ਼ੇਰ ਦੁੱਲੋ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਬਿਆਨ ਦੇ ਦਿੱਤਾ ਸੋ ਜਿਸ ਬਿਆਨ ਤੇ ਬਿਆਨ ਦਿੱਤਾ ਗਿਆ ਉਹ ਵੀ ਇੱਕ ਵਾਰ ਜ਼ਰੂਰ ਦੱਸ ਰਿਹਾ ਕਿਉਂਕਿ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ ਆਇਆ ਕਿ ਭ੍ਰਿਸ਼ਟਾਚਾਰ ਦੇ ਸਬੂਤ ਸਰਕਾਰ ਨੂੰ ਸੌਂਪਣ ਕੈਪਟਨ ਅਮਰਿੰਦਰ ਸਿੰਘ ਸਬੂਤਾਂ ਦੇ ਆਧਾਰ ਤੇ ਜਿਹੜੀ ਸਖਤ ਕਾਰਵਾਈ ਕਰਾਂਗੇ ਉਹਨਾਂ ਦਾ ਕਹਿਣਾ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ ਇਹ ਵੀ ਉਹਨਾਂ ਨੇ ਕਿਹਾ ਖਾਸ ਤੌਰ ਤੇ ਦੱਸ ਦਈਏ ਕਿ ਵਿਜੇ ਸਿੰਗਲਾ ਜੋ ਕਿ ਮੰਤਰੀ ਸਨ ਸਿਹਤ ਮੰਤਰੀ ਸਨ ਉਹਨਾਂ ਦੇ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋਣ ਦੀ ਜਦੋਂ ਖਬਰ ਆਉਂਦੀ ਹੈ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਔਰ ਖਾਸ ਤੌਰ ਤੇ ਇਸ ਦੇ CM ਜ਼ਿਕਰ ਕਰਦੇ ਨੇ ਤਾਂ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਸ਼ੁਰੂ ਹੁੰਦਾ ਕਿ ਜਦੋਂ ਤੁਸੀਂ ਆਪਣੀ ਸਰਕਾਰ ਦੇ ਮੰਤਰੀ ਤੇ ਜਿਹੜੀ ਕਾਰਵਾਈ ਕੀਤੀ ਹੈ ਤਾਂ ਸੁਭਾਵਿਕ ਤੌਰ ਤੇ ਉਸ ਤੋਂ ਬਾਅਦ ਚਰਚਾ ਸ਼ੁਰੂ ਹੋਈ ਕਿ ਪਹਿਲਾਂ ਵਾਲੀ ਸਰਕਾਰ ਦੇ ਵਿੱਚ ਵੀ ਕਈ ਅਜਿਹੇ ਭ੍ਰਿਸ਼ਟ ਮੰਤਰੀ ਸਨ ਜਿਨ੍ਹਾਂ ਦੇ ਵੱਲੋਂ ਪੈਸੇ ਖਾਧੇ ਗਏ ਘਪਲੇਬਾਜ਼ੀ ਕੀਤੀ ਗਈ ਸੋ ਜਿਸ ਤੋਂ ਬਾਅਦ ਉਹਨੇ ਬਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਐਡਮਿਟ ਕੀਤਾ ਕਿ ਉਹਨਾਂ ਦੀ ਸਰਕਾਰ ਸਮੇਂ ਖੁੱਲ੍ਹ ਕੇ ਭ੍ਰਿਸ਼ਟਾਚਾਰ ਹੋਇਆ ਬਹੁਤ ਸਾਰੇ ਮੰਤਰੀ ਬਹੁਤ ਸਾਰੇ MLA ਉਸ ਭ੍ਰਿਸ਼ਟਾਚਾਰ ਦੇ ਵਿੱਚ ਇਨਵੋਲਵ ਸੀ ਭ੍ਰਿਸ਼ਟਾਚਾਰ ਕਰ ਰਹੇ ਸੀਗੇ ਪਰ ਲੇਕਿਨ ਉਸ ਸਮੇਂ ਕੈਪਟਨ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਲੇਕਿਨ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਹੋਏ ਕਿਹਾ ਗਾ ਕਿ ਉਹਨਾਂ ਭ੍ਰਿਸ਼ਟਾਚਾਰੀਆਂ ਦੀ ਚਾਹੇ ਉਹ MLA ਸੀ ਜਾਂ ਮੰਤਰੀ ਸੀ ਉਹਨਾਂ ਦੀਆਂ ਫਾਈਲਾਂ ਉਹਨਾਂ ਸੰਬੰਧੀ ਸਬੂਤ ਕੈਪਟਨ ਸਾਹਿਬ ਕੋਲ ਨੇਗੇ ਸੋ ਮੈਂ ਬੇਨਤੀ ਕਰਦਾ ਕੈਪਟਨ ਸਾਹਿਬ ਨੂੰ ਕਿ ਸਬੂਤ ਉਹ ਫਾਈਲਾਂ ਸਰਕਾਰ ਕੋਲ ਸਬਮਿਟ ਕਰੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਾ ਕਿ ਭ੍ਰਿਸ਼ਟਾਚਾਰ ਪੰਜਾਬ ਵਿੱਚ ਕਿਸੇ ਵੀ ਲੈਵਲ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿਹੜੀਆਂ ਫਾਈਲਾਂ ਕੈਪਟਨ ਸਾਹਿਬ ਤੁਸੀਂ ਜਾਂ ਜਿਹੜੇ ਸਬੂਤ ਤੁਸੀਂ ਸਰਕਾਰ ਨੂੰ ਦਿਓਗੇ ਉਹਨਾਂ ਸਬੂਤਾਂ ਦੇ ਆਧਾਰ 'ਤੇ ਉਹਨਾਂ ਫਾਈਲਾਂ ਦੇ ਐਵੀਡੈਂਸ ਦੇ ਆਧਾਰ 'ਤੇ ਸਰਕਾਰ ਜਿਹੜੀ ਆ ਉਹਨਾਂ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਚਾਹੇ ਕੋਈ ਮੰਤਰੀ ਰਿਹਾ ਗਾ ਚਾਹੇ ਕੋਈ MLA ਰਿਹਾ ਗਾ ਚਾਹੇ ਕੋਈ ਵੱਡਾ ਅਫਸਰ ਹੈਗਾ ਸਭ ਦੇ ਖਿਲਾਫ਼ ਸਰਕਾਰ ਸਖ਼ਤ ਤੋਂ ਸਖ਼ਤ ਐਕਸ਼ਨ ਲਓ